ਜਿਹੜੀ ਮੇਰੀ ਬਿਜ਼ਨਸ ਦੀ ਇਨਕੁਆਇਰੀ ਚੱਲ ਰਹੀ ਸੀ ਪਿਛਲੇ ਸਮੇਂ ਤੋਂ, ਪਿਛਲੇ 2-2.5 ਮਹੀਨਿਆਂ ਤੋਂ ਮੇਰੀ ਕੋਈ ਹੈਲਥ ਪ੍ਰੋਬਲਮ ਸੀ, ਇਸ ਕਰਕੇ ਮੈਂ ਤੁਹਾਨੂੰ ਆ ਗਿਆ ਸੀ। ਕੁਛ ਮੇਰੇ ਡਾਕੂਮੈਂਟਸ ਰਹਿੰਦੇ ਸੀ ਪਰਫਾਰਮੈਂਸ ਵਿੱਚ, ਅੱਜ ਉਹਦੀ ਪੂਰੀ ਕਰਕੇ ਅਸੀਂ ਜਿੰਨੇ ਵੀ ਡਾਕੂਮੈਂਟ ਇਹਨਾਂ ਨੇ ਮੰਗੇ ਸੀ, ਅੱਜ ਮੈਂ ਪੂਰੀ ਕਰਕੇ ਇਹਨਾਂ ਨੂੰ ਸਾਰੀ ਆਪਦੀ ਫਾਈਲ ਦੇਣੀ ਚਾਹੀਦੀ। ਪ੍ਰੋਪਰਟੀ ਦੀਆਂ ਹੁੰਦੀਆਂ ਪਰਫਾਰਮਾ, ਜੋ ਵਿਜੀਲੈਂਸ ਦਾ ਜੋ ਵੀ ਇਹਨਾਂ ਦਾ ਪ੍ਰੋਸੈਸ ਹੈ ਉਸ ਦੇ ਮੁਤਾਬਕ ਮੈਂ ਅੱਜ ਜੋ ਇਹਨਾਂ ਦੀ ਡਿਮਾਂਡ ਸੀ, ਕੋਈ ਪ੍ਰੋਪਰਟੀ ਦੀ ਨਵੀਂ ਖਰੀਦ ਦੀ ਵੇਚੀ ਵੱਟੀ ਦੀ ਉਹ ਦੱਸਿਆ ਗਿਆ, ਉਹ ਸਾਰੇ ਤੱਥ ਮੈਂ ਇਹਨਾਂ ਦੇ ਸਾਹਮਣੇ ਰੱਖੇ ਹੈ। ਵਿਹਾਰ ਬਹੁਤਾ ਚੰਗਾ ਨਹੀਂ, ਹਾਂ ਬਹੁਤਾ ਅੱਛਾ ਨਹੀਂ, ਮਤਲਬ ਦੇਖੋ 10:30 ਵਜੇ ਤੋਂ 10:15 ਵਜੇ ਦੇ ਆਏ ਵੇ ਹੈ ਅਤੇ ਭਾ ਕੇ ਮਤਲਬ ਨਾ ਚਾਹ ਨਾ ਪਾਣੀ, ਮਤਲਬ ਮਹਿਸੂਸ ਤਾਂ ਹੁੰਦਾ ਹੀ ਆ ਵੀ 6-5 ਸਾਲ ਮੈਂ ਪੁੱਠੇ ਸੀਗੇ, ਜਿਹਦਾ ਕੋਈ ਟੋਕੀ ਨਹੀਂ ਬਣਦੀ, ਜਿਹਨੂੰ ਕਿਤੇ ਜੋ ਕਿਤੇ ਮਤਲਬ ਕਹਿ ਦੇਣਾ ਵੀ ਤੁਹਾਡੀ ਹੋਰ ਕੋਈ ਜ਼ਮੀਨ ਹੈ ਜੀ 250 ਏਕੜ, ਤੁਹਾਡੇ ਕੋਲ ਫਲਾਨੀ ਜ਼ਮੀਨ ਹੈ, ਬੇਚੁੱਕੀਆਂ ਕਹਿੰਦੇ ਜੀ ਸਾਡੇ ਕੋਲ ਚਿੱਠੀਆਂ ਪਾਈਆਂ ਪਈਆਂ ਲੋਕਾਂ ਦੀਆਂ, ਗੁੰਮਸ਼ੁਦਾ ਚਿੱਠੀਆਂ ਪਾਈਆਂ ਪਈਆਂ। ਮੈਂ ਕਿਹਾ ਵੀ ਜਾ ਕੇ ਬਿਠਾ ਮਤਲਬ ਦੇਖੋ ਅਤੇ ਸਾਡੇ ਨਾਂ ਕਰਾ ਦਿਓ, ਫਿਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਸਾਡੀ ਜ਼ਮੀਨ ਹੈ। ਕੀ ਕਹਿ ਸਕਦੇ ਜੀ, ਸਰਕਾਰ ਹੁਣ ਵਿਜੀਲੈਂਸ ਹੈ, ਮੈਂ ਤਾਂ ਵਿਜੀਲੈਂਸ ਦੇ ਸਾਹਮਣੇ ਹੋਇਆ, ਜੋ ਵਿਜੀਲੈਂਸ ਨੇ ਨਹੀਂ ਮੈਨੂੰ ਮੇਰੇ ਪੇਪਰ ਲੈ ਲਏ, ਜੇ ਲੋੜ ਪਈ ਕਹਿੰਦੇ ਬੁਲਾਵਾਂਗੇ। ਪਰ ਕੀ ਪਤਾ ਜੀ, ਹੁਣ ਕਹਿੰਦੇ ਜਦੋਂ ਨਹੀਂ ਇਹ ਕੋਈ ਨਹੀਂ ਮੈਨੂੰ ਕੋਈ ਨਹੀਂ ਦਿਖਾਈ, ਉਹ ਕਹਿੰਦੇ ਵੀ ਵੈਰੀਫਾਈ ਕਰਦੇ, ਮੈਂ ਕਰ ਲਓ ਅੱਡੋ ਅੱਡ ਦੱਸ ਰਿਹਾ, ਕੋਈ ਕਹਿੰਦੇ 150 ਕਿੱਲਾ ਫਲਾਨੇ ਦਾ 250, ਕੋਈ ਬੇਤੁਕੀਆਂ ਗੱਲਾਂ, ਕੋਈ ਸਿਰੇ ਲੱਗਣ ਵਾਲੀ ਗੱਲ ਨਹੀਂ ਹੁੰਦੀ। ਮੈਂ ਤਾਂ ਇਹ ਸਮਝ ਕਿਹਾ ਸੀ ਕਿ ਜਿੱਥੇ 200-250 ਕਿੱਲਾ ਹੈਗੀਆਂ ਜਿੰਨੀਆਂ ਕਿ ਮੇਰੇ ਨਾਂ ਕਰਾ ਦਿਓ, ਫਿਰ ਵੇਖ ਲੈਂਦੇ ਹਾਂ। ਸਿਆਸਤ ਤੋਂ ਪ੍ਰੇਰਿਤ ਹੋਰ ਜੀ ਕੀ ਹੈ, ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਕੋਈ ਨਹੀਂ। ਵੇਖੋ ਜੇ ਜਿਹੜੀ ਸਰਕਾਰ ਆ ਉਹਦਾ ਫਰਜ਼ ਬਣਦਾ ਹੁੰਦਾ ਇਨਕੁਆਇਰੀ ਕਰਨ ਦਾ, ਅਤੇ ਜਿਹਦੇ ਜਿਹਨੂੰ ਜਿਵੇਂ ਅਸੀਂ ਹਾਂ ਸਾਨੂੰ ਫੇਸ ਕਰਨਾ ਚਾਹੀਦਾ, ਅਸੀਂ ਆਪਣਾ ਰਿਕਾਰਡ ਸਹੀ ਸਲਾਮਤ ਅਗਲੇ ਨੂੰ ਸਾਹਮਣੇ ਦੇਈਏ। ਮੈਂ ਇਹ ਮਹਿਸੂਸ ਕਰੂੰਗਾ ਵੀ ਮੈਨੂੰ ਇਨਕੁਆਇਰੀ 'ਤੇ ਵੀ ਮਾਣ ਆ ਵੀ ਜਿਹੜਾ ਕੋਈ ਅਫਸਰ ਸੱਚੇ ਮੈਨੂੰ ਇਨਕੁਆਇਰੀ ਕਰੂੰਗਾ ਅਸੀਂ ਜਿੱਤ ਕੇ ਨਿਕਲਾਂਗੇ। ਜੇ ਉਹੀ ਧੱਕਾ ਕਰਕੇ ਮਤਲਬ ਨੁਕਸਾਨ ਕਰਨਾ ਹੈ ਉਹਦੇ 'ਚ ਸਰਕਾਰ ਦੀ ਮਰਜ਼ੀ ਹੈ।